29 ਪਿੰਡਾਂ ਦੇ 48 ਕੰਮ 1,54,00,000 ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕਰਵਾਉਣ ਜਾ ਰਿਹਾ ਅਤੇ ਤਕਰੀਬਨ ਸਵਾ ਮਹੀਨੇ ਦੇ ਵਿੱਚ ਸਾਰੇ ਕੰਮ ਨੇ ਜਿਹੜੇ ਉਹ ਕੰਪਲੀਟ ਹੋ ਜਾਣਗੇ। ਸਾਰੀਆਂ ਬੁਨਿਆਦੀ ਸਹੂਲਤਾਂ ਦਾ ਹੱਕ ਤਾਂ ਇਹਨਾਂ 4 ਘਰਾਂ ਦਾ ਵੀ ਉਨਾ ਹੀ ਬਣਦਾ ਜਿੰਨਾ ਕੋਈ ਪਿੰਡ 'ਚ ਸ਼ਹਿਰ 'ਚ ਰਹਿੰਦਾ। ਸੋ ਇਹ ਛੋਟੇ ਛੋਟੇ ਕੰਮ ਨੇ ਜਿਹੜੇ ਜਿੰਨਾ ਜੋ ਸਰਕਾਰ ਦੇ ਲਈ ਛੋਟੇ ਹੁੰਦੇ ਨੇ ਪਰ ਲੋਕਾਂ ਦੇ ਲਈ ਵੱਡੀ ਮੁਸੀਬਤ ਦਾ ਮੁਸ਼ਕਿਲ ਦਾ ਸਬੱਬ ਬਣ ਜਾਂਦੇ ਨੇ। ਪਰ ਬਾਕੀ ਵੱਡੇ ਕੰਮ ਨੇ ਜਿਹੜੇ ਉਹ ਆਲਰੇਡੀ ਹਲਕੇ ਦੇ ਵਿੱਚ ਚੱਲ ਰਹੇ ਨੇ ਅਤੇ ਇਸ ਏਰੀਏ ਨੂੰ ਇਹ ਜਿਹੜੇ ਸੰਗਰੂਰ ਹਲਕੇ ਦੇ 20 ਪਿੰਡ ਮੇਰੇ ਹਲਕੇ ਦੇ ਵਿੱਚ ਆਏ ਸੀਗੇ ਇਹਨਾਂ ਨੂੰ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਦੋਂ ਸੀ ਐਮ ਸਾਹਿਬ ਆਉਣਗੇ 31 ਜੁਲਾਈ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਜਿਹੜਾ ਉਹ ਦੇਣ ਜਾ ਰਹੇ ਹਨ ਜਿਹਦੇ ਨਾਲ ਪੂਰੇ ਇਲਾਕੇ ਦੀ ਨੁਹਾਰ ਜਿਹੜੀ ਉਹ ਬਦਲ ਦਿੱਤੀ ਜਾਊ। ਦੇਖੋ ਸਾਡੀ ਸਰਕਾਰ ਦਾ ਭਗਵੰਤ ਮਾਨ ਸਰਕਾਰ ਦਾ ਇੱਕੋ ਹੀ ਏਜੰਡਾ ਹੈ ਕਿ ਵਿਕਾਸ ਵਿਕਾਸ ਔਰ ਵਿਕਾਸ। ਪਿਛਲੇ 4 ਮਹੀਨੇ ਕਿਉਂਕਿ ਚੋਣਾਂ ਸੀਗੀਆਂ ਇਸ ਕਰਕੇ ਚੋਣ ਜਾਬਤਾ ਲੱਗਿਆ ਹੋਇਆ ਸੀਗਾ ਜਿਹਦੀ ਵਜ੍ਹਾ ਕਰਕੇ ਕੰਮਾਂ ਦੇ ਵਿੱਚ ਨਵੇਂ ਕੰਮਾਂ ਦੇ ਨੂੰ ਸ਼ੁਰੂ ਕਰਨ ਦੇ ਵਿੱਚ ਕੁਝ ਖੜੋਤ ਆ ਗਈ ਸੀਗੀ ਪਰ ਜਦੋਂ ਚੋਣ ਜਾਬਤਾ ਖੁੱਲ੍ਹਿਆ ਅਤੇ ਹੁਣ ਅੱਜ ਮੈਂ ਆਪਣੇ ਹਲਕੇ ਸੁਨਾਮ ਦੇ 29 ਪਿੰਡਾਂ ਦੇ 48 ਕੰਮ 1,54,00,000 ਰੁਪਏ ਦੀ ਲਾਗਤ ਨਾਲ ਇਹ ਸ਼ੁਰੂ ਕਰਵਾਉਣ ਜਾ ਰਿਹਾ। ਪਿਛਲੇ ਸਮੇਂ ਦੇ ਵਿੱਚ ਕਈ ਵੱਡੇ ਕੰਮ ਨੇ ਜਿਹੜੇ ਉਹ ਹੋਏ ਨੇ ਔਰ ਇਹ ਉਹ ਕੰਮ ਨੇ ਜਿਹੜੇ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਅਸੀਂ ਛੋਟੇ ਛੋਟੇ ਕੰਮ ਜਿਵੇਂ ਹੁਣ ਸਪੋਜ਼ ਇਸੇ ਜਿੱਥੋਂ ਹੁਣ ਨੀਂਹ ਪੱਥਰ ਰੱਖਿਆ ਜਿਹੜਾ ਸ਼ੁਰੂਆਤ ਕਰਾਈ ਹੈ ਇਹ ਖੇਤਾਂ ਦੇ ਵਿੱਚ 4 ਘਰ ਨੇ ਲੰਬੇ ਸਮੇਂ ਤੋਂ ਇਹਨਾਂ ਦੀ ਮੰਗ ਸੀਗੀ ਕਿ ਇਸ ਰਸਤੇ ਨੂੰ ਪੱਕਾ ਕੀਤਾ ਜਾਵੇ 900 ਫੁੱਟ ਦਾ ਰਸਤਾ ਹੈ ਸਾਰਾ ਪਰ ਕਦੇ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈਗਾ। ਸੋ ਇਹੋ ਜਿਹੇ ਹੁਣ ਸਾਰੀਆਂ ਬੁਨਿਆਦੀ ਸਹੂਲਤਾਂ ਦਾ ਹੱਕ ਤਾਂ ਇਹਨਾਂ 4 ਘਰਾਂ ਦਾ ਵੀ ਉਨਾ ਹੀ ਬਣਦਾ ਹੈ ਜਿੰਨਾ ਕੋਈ ਪਿੰਡ 'ਚ ਸ਼ਹਿਰ 'ਚ ਰਹਿੰਦਾ। ਸੋ ਇਹ ਛੋਟੇ ਛੋਟੇ ਕੰਮ ਨੇ ਜਿਹੜੇ ਜਿੰਨਾ ਜੋ ਸਰਕਾਰ ਦੇ ਲਈ ਛੋਟੇ ਹੁੰਦੇ ਨੇ ਪਰ ਲੋਕਾਂ ਦੇ ਲਈ ਵੱਡੀ ਮੁਸੀਬਤ ਦਾ ਮੁਸ਼ਕਿਲ ਦਾ ਸਬੱਬ ਬਣ ਜਾਂਦੇ ਨੇ ਉਹਨਾਂ 48 ਕੰਮਾਂ ਦੀ ਸ਼ੁਰੂਆਤ ਕੀਤੀ 1,54,00,000 ਰੁਪਏ ਦੇ ਲਾਗਤ ਨਾਲ ਅਤੇ ਤਕਰੀਬਨ ਸਵਾ ਮਹੀਨੇ ਦੇ ਵਿੱਚ ਸਾਰੇ ਕੰਮ ਨੇ ਜਿਹੜੇ ਉਹ ਕੰਪਲੀਟ ਹੋ ਜਾਣਗੇ। ਕਿਹੜੇ ਦੋ ਤਿੰਨ ਵੱਡੇ ਵੱਡੇ ਕੰਮ ਨੇ ਜਿਵੇਂ ਤੁਸੀਂ ਹੁਣੇ ਗਲੀਆਂ ਪੱਕੀਆਂ ਹੋਣੀਆਂ ਹੋਰ ਕਿਹੜੇ ਵੱਡੇ ਪ੍ਰੋਜੈਕਟ ਨੇ ਜਿਹੜੇ ਇਹ ਪਿੰਡਾਂ ਦੇ ਵਿੱਚ ਹੋ ਰਹੇ ਨੇ ਜਿਹੜੇ ਚੱਜ ਕਰਨ ਜਾ ਰਹੇ ਨੇ? ਨਹੀਂ ਬਾਕੀ ਮੈਂ ਤੁਹਾਨੂੰ ਦੱਸਿਆ ਨਾ ਅੱਜ ਵੱਡੇ ਪ੍ਰੋਜੈਕਟ ਨਹੀਂ ਕੋਈ ਹੈਗੇ 29 ਪਿੰਡਾਂ ਦੇ 48 ਕੰਮ ਨੇ 1,54,00,000 ਰੁਪਏ ਲਾਗਤ ਦੇ ਨਾਲ ਕੋਈ 1,50,000 ਦੇ ਵਿੱਚ ਵੀ ਪੂਰਾ ਹੋਣ ਵਾਲਾ ਹੈ ਕੋਈ 10-12-15 ਲੱਖ ਦੇ ਵੀ ਬਹੁਤੇ ਵੱਡੇ ਕੰਮ ਨਹੀਂ ਹੈਗੇ ਛੋਟੇ ਕੰਮ ਨੇ ਪਰ ਉਹ ਕੰਮ ਜ਼ਰੂਰੀ ਨੇ ਲੋਕਾਂ ਦੀ ਸਹੂਲੀਅਤ ਦੇ ਲਈ। ਕਿਤੇ ਕਿਸੇ ਜਗ੍ਹਾ 'ਤੇ ਧਰਮਸ਼ਾਲਾ ਦੀ ਰਿਪੇਅਰ ਹੋਣੀ ਹੈ ਕਿਤੇ ਗਲੀ 'ਚ ਖੜਵੰਜੇ ਲੱਗਣੇ ਨੇ ਕਿਤੇ ਕੋਈ ਗਲੀ ਨਾਲੀ ਪੱਕੀ ਹੋਣ ਵਾਲੀ ਹੈ ਕਿਤੇ ਪਾਣੀ ਦੀ ਨਿਕਾਸੀ ਦਾ ਥੋੜ੍ਹਾ ਬਹੁਤ ਇਸ਼ੂ ਹੈ। ਸੋ ਅੱਜ ਉਹ ਜਿਹੜੇ ਫੁਟਕਲ ਜਿਹੇ ਕੰਮ ਸੀਗੇ ਬੇਸਿਕਲੀ ਜਦੋਂ ਪਿੰਡਾਂ ਦੇ ਵਿੱਚ ਗਏ ਕਿਸੇ ਨੇ ਕੋਈ ਮੈਨੂੰ ਫੜ ਕੇ ਬਾਂਹ ਘਰੇ ਲੈ ਗਿਆ ਵੀ ਜੇ ਸਾਡੀ ਜਿਹੜੀ ਪੁਲੀ ਆ ਉਹ ਟੁੱਟੀ ਪਈ ਹੈ ਹੁਣ ਉਹ ਕੰਮ ਸਾਰਾ ਸ਼ਾਇਦ 1,50,000 ਰੁਪਏ ਦਾ ਹੋਵੇ ਪਰ ਉਸ ਘਰ ਨੂੰ ਮੁਸ਼ਕਿਲ ਦੇਖੋ ਨਾ ਜੀ ਕਿੰਨੀ ਵੱਡੀ ਉਹ ਪੁਲੀ ਟੁੱਟੀ ਹੋਣ ਦੇ ਨਾਲ ਕਿਸੇ 60 ਫੀਟ ਲੱਗ ਸਕਦੀ ਹੈ। ਸੋ ਉਹਨਾਂ ਕੰਮਾਂ ਦੇ ਉੱਪਰ ਵੀ ਫੋਕਸ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅੱਜ ਸਿਰਫ ਉਹੀ ਸ਼ੁਰੂਆਤ ਹੈ ਜਿਹੜੀ ਉਹਨਾਂ ਦੀ ਕਰ ਰਹੇ ਹਾਂ ਪਰ ਬਾਕੀ ਵੱਡੇ ਕੰਮ ਨੇ ਜਿਹੜੇ ਉਹ ਆਲਰੇਡੀ ਹਲਕੇ ਦੇ ਵਿੱਚ ਚੱਲ ਰਹੇ ਨੇ ਅਤੇ ਇਸ ਏਰੀਏ ਨੂੰ ਇਹ ਜਿਹੜੇ ਸੰਗਰੂਰ ਹਲਕੇ ਦੇ 20 ਪਿੰਡ ਮੇਰੇ ਹਲਕੇ ਦੇ ਵਿੱਚ ਆਏ ਸੀਗੇ ਇਹਨਾਂ ਨੂੰ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਜਦੋਂ ਸੀ ਐਮ ਸਾਹਿਬ ਆਉਣਗੇ 31 ਜੁਲਾਈ ਨੂੰ ਇੱਕ ਬਹੁਤ ਵੱਡਾ ਤੋਹਫ਼ਾ ਜਿਹੜਾ ਉਹ ਦੇਣ ਜਾ ਰਹੇ ਹਾਂ ਜਿਹਦੇ ਨਾਲ ਪੂਰੇ ਇਲਾਕੇ ਦੀ ਨੁਹਾਰ ਜਿਹੜੀ ਉਹ ਬਦਲ ਦਿੱਤੀ ਜਾਊਗੀ।